ਬਹੁਤ ਬਹੁਤ ਚਿਰ ਦੀ ਡਿਮਾਂਡ ਔਰ ਬੜੀ ਮਾੜੀ ਗੱਲ ਕਿ ਪਿਛਲੇ 50 ਸਾਲਾਂ ਤੋਂ ਲੋਕ ਮੰਗ ਹੀ ਕਰੀ ਗਏ ਇਹਨਾਂ ਦੀ ਮੰਗ ਕੇ MLA MP ਕੇ ਮੰਤਰੀ ਨੇ ਪੂਰੀ ਨਹੀਂ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਹੜੀ ਇਹਨਾਂ ਲੋਕਾਂ ਨੇ ਬਣਾਈ ਇਹਨਾਂ ਦੀਆਂ ਵੋਟਾਂ ਨਾਲ ਬਣੀ ਆਮ ਬੰਦੇ ਦੀਆਂ ਵੋਟਾਂ ਨਾਲ ਪਈ ਅਤੇ ਆਮ ਬੰਦੇ ਦਾ ਇਹ ਮਸਲਾ ਸੀਗਾ ਇਸ ਕਰਕੇ ਅੱਜ ਇਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਔਰ ਦੋ ਪੋਲੇ ਕਿੱਥੇ ਤੇ ਇੱਕ ਕੋਟਰ ਜ਼ਿਆਦਾ ਉੱਥੇ ਵੀ ਸਾਹਮਣੇ ਸਾਡੇ ਕਿਸਾਨਾਂ ਦੀ ਬਹੁਤ ਜ਼ਮੀਨ ਹੈ ਇਹਨਾਂ ਦੋ ਪੁਲਾਂ ਦਾ ਅੱਜ ਜਿਹੜਾ ਨੀਂਹ ਪੱਥਰ ਰੱਖਿਆ ਅਤੇ ਅਗਲੇ ਮਹੀਨਾ ਦੋ ਮਹੀਨਿਆਂ ਦੇ ਵਿੱਚ ਇਹ ਪੁਲ ਤਿਆਰ ਹੋ ਜਾਣੇ ਸ਼ੁਰੂ ਹੋ ਗਏ ਹੋਣੇ ਕਿਉਂਕਿ ਉਹਨਾਂ ਨੇ ਇਹਨੂੰ ਬੜੇ ਢੰਗ ਨਾਲ ਜਿਹੜਾ ਸੈੱਟ ਕਰਨਾ ਹੁੰਦਾ ਸੋ ਮੇਰੇ ਹਿਸਾਬ ਨਾਲ ਜਿਹੜੇ ਸੈਂਕੜੇ ਕਿਸਾਨ ਨੇ ਉਹਨਾਂ ਦੀ ਆਉਣ ਜਾਣ ਦੀ ਟਰੈਕਟਰ ਟਰਾਲੀਆਂ ਕੰਬਾਈਨਾਂ ਲਗਾਉਣ ਦੀ ਸਾਰੀ ਸਮੱਸਿਆ ਜਿਹੜੀ ਆ ਉਹ ਹੱਲ ਹੋ ਜੂਗੀ ਬਹੁਤ ਵੱਡਾ ਮਸਲਾ ਹਾਂਜੀ ਇਹ ਪਲਟੂਨ ਪੁਲ ਕਹਿੰਦੇ ਇਹਨਾਂ ਨੂੰ ਹਾਂ ਇਹ ਕਿਉਂਕਿ ਇੱਥੇ ਆਪਾਂ ਪੱਕੇ ਪੁਲ ਨਹੀਂ ਬਣਾ ਸਕਦੇ ਇਹ ਬਾਰਡਰ ਦਾ ਏਰੀਆ ਡਿਫੈਂਸ ਵਾਲੇ ਲੋਅ ਨਹੀਂ ਕਰਦੇ ਪਰ ਆਪਾਂ ਉਹ ਪੁਲ ਜਿਹੜੇ ਉਹ ਵੀ ਬਹੁਤ ਵਧੀਆ ਕਿਉਂਕਿ ਕੰਬਾਈਨ ਲੱਗ ਜਾਂਦੀ ਆ ਟਰੈਕਟਰ ਟਰਾਲੀਆਂ ਲੰਘ ਜਾਂਦੇ ਆ ਵਧੀਆ ਉਹ ਬਹੁਤ ਵਧੀਆ ਹੋਊਗਾ ਇਹਨਾਂ ਨੇ ਮੈਨੂੰ ਅੱਜ ਹੀ ਦੱਸਿਆ ਇਹਨਾਂ ਨੂੰ ਮੈਂ ਕਿਹਾ ਮੈਨੂੰ ਲਿਖ ਕੇ ਦਿਓ ਕੋਈ ਗੱਲ ਨਹੀਂ ਕਨੈਕਸ਼ਨ ਇੱਧਰ ਨਹੀਂ ਮਿਲਦਾ ਜਾਂ ਕਨੈਕਸ਼ਨ ਪਾਰ ਨਹੀਂ ਮਿਲਦਾ ਸਰ ਕਨੈਕਸ਼ਨ ਦਵਾ ਦਿਆਂਗੇ ਭਾਵੇਂ ਜੋ ਸਭ ਸ਼ੁਰੂ ਹੋ ਗਿਆ ਜੀ ਵਿਕਾਸ ਇੱਕ ਸਾਰ ਸਾਡੇ ਹਲਕੇ ਦਾ ਜਿਹੜਾ ਪਹਿਲਾ ਬੂਥ ਨੰਬਰ ਆ ਉਹ ਘੋਨੇਹਾਲ ਤੋਂ ਸ਼ੁਰੂ ਕਰਤਾ ਜੀ ਬਸ ਐਂ ਨੂੰ ਤੁਰਿਆ ਹੋਊਗਾ ਹਰ ਪਿੰਡ ਦੇ ਵਿੱਚ ਪਏ ਹਰ ਚੀਜ਼ ਜਿਹੜੀ ਚਾਹੀਦੀ ਹੈ ਵੱਡੋ ਅਫਸਰ ਨੂੰ ਹਦਾਇਤ ਕਰਤੀ ਆ ਕਿ ਕੋਈ ਵਿਕਾਸ ਦੇ ਮਾਮਲੇ 'ਚ ਇਹ ਨਹੀਂ ਵੇਖਣਾ ਕਿ ਫਲਾਣਾ ਅਕਾਲੀ ਆ ਫਲਾਣਾ ਕਾਂਗਰਸੀ ਆ ਫਲਾਣਾ ਕਾਂਗੜ ਆ ਫਲਾਣਾ BJP ਵਾਲਾ ਜੋ ਮਰਜ਼ੀ ਹੋ ਜੀ ਵਿਕਾਸ ਸਭ ਲਈ ਬਰਾਬਰ ਹੋਊਗਾ ਸਭ ਲਈ ਬਰਾਬਰ ਕਰੋ ਇਹਦਾ ਮਤਲਬ 78 ਕਰੋੜ ਰੁਪਈਆ ਬਾਬਾ ਜੀ ਦੇ ਚਰਨਾਂ ਤੋਂ ਸ਼ੁਰੂ ਲੈ ਕੇ ਬਾਬਾ ਬੁੱਢਾ ਜੀ ਸਾਹਿਬ ਦੇ ਘੋਨੇਵਾਲ ਉਹਨਾਂ ਦੇ ਗੁਰੂ ਘਰ ਦੇ ਅਗਲੇ ਪਾਸੇ ਸ਼ੁਰੂ ਕਰਕੇ ਅਤੇ ਕਰੀਬ ਪਿੰਡੀ ਸੈਦਾਂ ਤੱਕ ਇਹ ਜਿਹੜੀ ਉੱਸੀ ਬੰਨ ਹੈ 52 ਕਿਲੋਮੀਟਰ ਲੰਬਾ ਬਣਿਆ ਇਹਨੂੰ 18 ਫੁੱਟ ਚੌੜਾ ਕਰਨ 78 ਕਰੋੜ ਰੁਪਈਆ ਜਿਹੜਾ ਉਹ ਮਤਲਬ ਅਸੀਂ ਗਡਕਰੀ ਸਾਹਿਬ ਨਾਲ ਮੀਟਿੰਗ ਕਰਕੇ ਪ੍ਰੋਜੈਕਟ ਬਣਾ ਕੇ ਭੇਜਤਾ ਅਤੇ ਮੇਰਾ ਖਿਆਲ ਆ ਬਾਬਾ ਬੁੱਢਾ ਜੀ ਕਿਰਪਾ ਕਰ ਦੂੰਗੇ ਜਲਦੀ ਦਸੰਬਰ ਦੇ ਵਿੱਚ ਉਹਦੇ ਪੈਸੇ ਆ ਜਾਣਗੇ ਅਤੇ ਅਗਲੇ ਸਾਲ ਆਪਾਂ ਇਹ ਤੁਸੀਂ ਵੇਖੋਗੇ ਕਿ ਕਿੱਡੀ ਟੌਪ ਦੀ ਰੋਡ ਬਣ ਜੂਗੀ ਕਿੰਨੇ ਵੱਡੇ ਪਿੰਡਾਂ ਦਾ ਸਾਡੇ ਬੱਚਿਆਂ ਦਾ ਧੀਆਂ ਪੁੱਤਰਾਂ ਦਾ ਕਾਲਜ ਜਾਣ ਵਾਲਿਆਂ ਦਾ ਖੇਤੀ ਕਰਨ ਵਾਲਿਆਂ ਦਾ ਕਮਾਦ ਲੱਦ ਕੇ ਖੜਨਾ ਸਭ ਦਾ ਭਲਾ ਹੋ ਜੂਗਾ ਇਹ ਸਭ ਕੁਛ ਜੋ ਕੁਝ ਹੋ ਰਿਹਾ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਾਲ ਬੇੜੇ ਕਿੰਨੇ ਦੇਖਦਾ ਬੇੜੇ ਅਸੀਂ ਤਿੰਨ ਇੱਕ ਬੇੜੀ ਅਤੇ ਤਿੰਨ ਬੇੜੇ ਜਦੋਂ ਦੋ ਤਾਂ ਬਣ ਗਏ ਸੀਗੇ ਇੱਕ ਉੱਥੇ ਬਣਿਆ ਪਛੀਏ ਅੱਜ ਨੰਗਲ ਸੋਹਲ ਵਾਲਿਆਂ ਨੇ ਮੰਗ ਕੀਤੀ ਇਹਨਾਂ ਦਾ ਵੀਡੀਓ ਮੈਂ ਕਹਿ ਦਿੱਤਾ ਕਿ ਇਹ ਵੀ ਬਣਾ ਦਿਓ ਹਾਂ ਇੱਕ ਉੱਥੇ ਦੇਣਾ ਕੋਟਰ ਜ਼ਿਆਦਾ ਲਾਗੇ ਹਾਂਜੀ ਅਤੇ ਤਿੰਨ ਬੇੜੇ ਜਿਹੜੇ ਆਪਾਂ ਦੇ ਹਾਂਜੀ ਇਹ ਸਾਡੀ ਜੋ ਮੰਗਣਗੇ ਉਹੀ ਮਿਲ ਹੋਰ ਦੱਸੋ ਤੁਸੀਂ ਗੱਲ ਸਾਹਿਬ ਇੱਕ ਕਿਸਾਨਾਂ ਦਾ ਹੀ ਵੱਡੀ ਰੋਸ ਇਹੀ ਕਿ ਜਿਹੜੀ ਪਰਾਲੀ ਨੂੰ ਅੱਗ ਲਾਉਂਦੇ ਆ ਰੈੱਡ ਐਂਟਰੀ ਕੀਤੀ ਜਾ ਰਹੀ ਸੀ ਸਰਕਾਰ ਨੇ ਨਵਾਂ ਫੈਸਲਾ ਕੀ ਕਰਤਾ ਨਹੀਂ ਨਹੀਂ ਅਸੀਂ ਫੈਸਲਾ ਵੇਖੋ ਸਾਡਾ ਤਾਂ ਪਹਿਲਾਂ ਹੀ ਸੀਗਾ ਮਾਨ ਸਾਹਿਬ ਦਾ ਅਸੀਂ ਕਿਸੇ ਦੀ ਰੈੱਡ ਐਂਟਰੀ ਨਹੀਂ ਕਰਨੀ ਕਿਸੇ ਦੇ ਖਿਲਾਫ਼ ਪਸਤਿਆਂ ਦੀ ਦਰਜ ਕਰਨਾ ਕਿਉਂਕਿ ਸਜ਼ਾ ਦੇਣੀ ਇਹਦਾ ਹੱਲ ਨਹੀਂ ਸੀ ਪਰਾਲੀ ਜਿਹੜੀ ਇਹ ਹੋਰ ਹੱਲ ਆ ਇਹਦੇ ਬੜੇ ਜਿਹੜਾ ਐਤਕਾ ਆਪਾਂ ਕੀਤਾ 30% ਡਾਊਨ ਕਰਤਾ ਉਹ ਅਗਲੇ ਸਾਲ ਇਹ 60% ਹੋ ਜੂਗੀ 2 ਸਾਲਾਂ 'ਚ ਖਤਮ ਹੋ ਜੂਗਾ ਕੰਮ ਇਹਦਾ ਮਤਲਬ ਅਸੀਂ ਰੈੱਡ ਐਂਟਰੀ ਦਾ ਕਿਤੇ ਆਰਡਰ ਨਹੀਂ ਕੀਤਾ ਮਾਨ ਸਾਹਿਬ ਨੇ ਜਾਂ ਮੇਰੇ ਵੱਲੋਂ ਜਿਹੜਾ ਗ੍ਰੀਨ ਟ੍ਰਿਬਿਊਨਲ ਜਿਹੜਾ ਸੈਂਟਰ ਦੇ ਵਿੱਚ ਉਹਦੇ ਵੱਲੋਂ DC ਨੂੰ ਸਿੱਧੀਆਂ ਹਦਾਇਤਾਂ ਸੀਗੀ ਉਹਦੇ ਕਰਕੇ ਕੋਈ ਥਾਵਾਂ 'ਤੇ ਡੀ ਸਾਹਿਬ ਨੇ ਮਤਲਬ ਜਿਹੜਾ ਉਹਨਾਂ ਦੀ ਨੌਕਰੀ ਤੋਂ ਲਾ ਲਓ ਕੁਛ ਲਾ ਲਓ ਉਹਨਾਂ ਦੀ ਮਜਬੂਰੀ ਸੀਗੀ ਉਹਨਾਂ ਨੇ ਕਰਤਾ ਪਰ ਅਸੀਂ ਉਹ ਫੈਸਲਾ ਕੀਤਾ ਉਹ ਵਿਦਡਰਾ ਕਰਾਂਗੇ ਕੋਈ ਕਿਸੇ ਦੀ ਰੈੱਡ ਐਂਟਰੀ ਨਹੀਂ ਹੋਊਗੀ ਕਿਸੇ ਦਾ ਕੁਛ ਕਿਸਾਨ ਅੰਦੋਲਨ ਦਾ ਮੁੜ ਸ਼ੁਰੂ ਹੋਣ ਜਾ ਰਿਹਾ ਸਰਕਾਰ ਨੇ ਮੰਗੀਆਂ ਨਹੀਂ ਕੋਈ ਕਹਿਣਾ ਨਹੀਂ ਜੋ ਪੰਜਾਬ ਦੇ ਕਿਸਾਨਾਂ ਲਈ ਇਹ ਕਿਸਾਨ ਜਥੇਬੰਦੀਆਂ ਕੋਈ ਜਦੋਂ ਜਦ ਕਰਨਗੇ ਪੰਜਾਬ ਦੇ ਹਿੱਤਾਂ ਲਈ ਤਾਂ ਅਸੀਂ ਸਪੋਰਟ ਕਰਦੇ ਹਾਂ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਦੇ ਸਮਝਦੇ ਕਿ ਗੱਲ ਜੇ ਉਹਨਾਂ ਨੇ ਅੱਜ ਮੈਨੂੰ ਪਤਾ ਅੱਜ ਕਾਫੀ ਜਥੇਬੰਦੀਆਂ ਚੰਡੀਗੜ੍ਹ ਗਈਆਂ ਪਰ ਜਿਹੜੀਆਂ ਸਾਡੇ ਨਾਲ ਰਿਲੇਟਡ ਮੰਗਾਂ ਅਸੀਂ ਤਾਂ ਵੱਖ ਵੱਖ ਟਾਈਮ 'ਤੇ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਹੱਲ ਕਰਦੇ ਸੈਂਟਰ ਨੂੰ ਵੀ ਕਰਨੀਆਂ ਚਾਹੀਦੀਆਂ ਸੈਂਟਰ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਨਣੀਆਂ ਚਾਹੀਦੀਆਂ ਉਹਦੇ 'ਚ ਜੇ ਅਸੀਂ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਮੀਟਿੰਗਾਂ ਨਾਲ ਕਿਹਾ ਕਿ ਤੁਹਾਨੂੰ ਜਿੱਥੇ ਸਾਡੀ ਲੋੜ ਪੈ ਜੇ ਸਰਕਾਰ ਦੀ ਲੋੜ ਪੈ ਜੇ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਖੜੇ ਜਿੱਥੇ ਕਿਤੇ ਲੋੜ ਪਊਗੀ ਸੈਂਟਰ ਗੌਰਮੈਂਟ ਨਾਲ ਕੋਈ ਗੱਲ ਕਰਨੀ ਆ ਕੁਛ ਹੋਰ ਸਪੋਰਟ ਚਾਹੀਦੀ ਹੈ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ।